ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂ ਸਟਡੀ ਕਲਾਸ ਟੂ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਸਟੂਡੈਂਟਸ ਦੇ ਲਈ ਪੰਜਾਬੀ ਇਲੈਕਟਿਵ ਪੰਜਾਬੀ ਚੋਣਵੀ ਦਾ ਜਿਹੜੇ ਕੀ ਪੇਪਰ ਪੈਟਰਨ ਫਾਈਨਲ ਐਗਜ਼ਾਮ ਦੇ ਲਈ ਪੇਪਰ ਦਾ ਤੁਹਾਡਾ ਸਟਰਕਚਰ ਪੇਪਰ ਪੈਟਰਨ ਤੇ ਤੁਹਾਡਾ ਜਿਹੜੇ ਕੀ ਕਿਸ ਟੌਪਿਕਸ ਦੇ ਵਿੱਚ ਤੁਸੀਂ ਕਿੰਨੇ ਕਿੰਨੇ ਯਾਦ ਕਰਨੇ ਨੇ ਠੀਕ ਹੈ ਘੱਟ ਤੋਂ ਘੱਟ ਜਿਵੇਂ ਕਿ ਆਪ ਬੀਤਿਆ ਨੇ ਉਹ ਤੁਸੀਂ ਕਿੰਨੇ ਕਿੰਨੇ ਚੈਪਟਰਸ ਕਰਨੇ ਨੇ ਕਿੰਨੇ ਛੱਡ ਸਕਦੇ ਨੂੰ ਠੀਕ ਹੈ ਤੇ ਕਿਹੜੇ ਇਹਦੇ ਕੇਂਦਰੀ ਭਾਵ ਕਰਨੇ ਨੇ ਕਿਹੜੇ ਤੁਸੀਂ ਅਲੰਕਾਰ ਕਰਨੇ ਨੇ ਜਾਂ ਰਸ ਕਰਨੇ ਨੇ ਠੀਕ ਹੈ ਜਿਹੜੇ ਤੁਹਾਨੂੰ ਐਗਜ਼ਾਮ ਦੇ ਵਿੱਚ ਆਉਣਗੇ ਉਹ ਸਭ ਕੁਝ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ਼ਨ ਡਿਸਕਸ ਕਰਾਂਗੇ ਠੀਕਾ ਡਿਸਕਸ਼ਨ ਕਰਾਂਗੇ ਤੇ ਵੀਡੀਓ ਨੂੰ ਹਿੰਦ ਤੱਕ ਦੇਖਣਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਨਾਲ ਦੀ ਨਾਲ ਆਪਾਂ ਇਸ ਵੀਡੀਓ ਚ ਤੁਹਾਡਾ ਪਾਸਿੰਗ ਫਾਰਮੂਲਾ ਦੇਖਾਂਗੇ ਠੀਕ ਹੈ ਤੇ ਜਿਹੜੇ ਬੱਚਾ ਨੇ ਵੱਧ ਤੋਂ ਵੱਧ ਮਾਰਕਸ ਲੈਣੇ ਨੇ ਉਹ ਕਿਵੇਂ ਆਪਣੀ ਸਮਾਰਟਲੀ ਸਟੱਡੀ ਕਰਨਗੇ ਉਹ ਵੀ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਤੁਸੀਂ ਇਹ ਟਾਪਿਕਸ ਛੱਡ ਸਕਦੇ ਹੋ ਤੇ ਇਹ ਇਹਨਾਂ ਤੇ ਐਮ ਤੁਸੀਂ ਚੰਗੇ ਢੰਗ ਦੇ ਨਾਲ ਜਿਹੜੇ ਕਿ ਆਪਣਾ ਫੋਕਸ ਕਰ ਸਕਦੇ ਹੋ ਠੀਕ ਹੈ ਜਾ ਤੁਸੀਂ ਸਾਹਿਤ ਰੂਪ ਕਿਹੜੇ ਕਿਹੜੇ ਕਰਨੇ ਨੇ ਤੇ ਤੁਸੀਂ ਕਿਹੜੇ ਕਿਹੜੇ ਜਿਹੜੇ ਕਿ ਪ੍ਰਸੰਗ ਸਾਹਿਤ ਵਿਆਖਿਆ ਲਈ ਕਿਹੜੇ ਕਿਹੜੇ ਟਾਪਿਕਸ ਰੀਡ ਕਰਨੇ ਨੇ ਉਹ ਆਪਾਂ ਸਭ ਕੁਝ ਇਸ ਵੀਡੀਓ ਚ ਡਿਸਕਸ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਸਟੂਡੈਂਟ ਚਾਹੇ ਬੱਚਾ ਕੋਈ ਰੈਗੂਲਰ ਹੈ ਚਾਹੇ ਕੋਈ ਬੱਚਾ ਜਿਹੜੇ ਕਿ ਓਪਨ ਦੇ ਵਿੱਚ ਐਗਜ਼ਾਮ ਦੇ ਰਿਹਾ ਸਭ ਲਈ ਇਹ ਵੀਡੀਓ ਆ ਠੀਕ ਹੈ ਤੇ ਆਲਰੇਡੀ ਆਪਾਂ ਕਾਫੀ ਜਿਹੜੇ ਸਬਜੈਕਟਸ ਦੇ ਤੁਹਾਡੇ ਜਿਹੜੇ ਕੀ ਪਾਸਿੰਗ ਫਾਰਮੂਲਾ ਤੇ ਪੇਪਰ ਪੈਟਰਨ ਤੇ ਤੁਹਾਡਾ ਜਿਹੜੇ ਕੀ ਕਿਵੇਂ ਤੁਸੀਂ ਤਿਆਰੀ ਕਰਨੀ ਆਪਾਂ ਵੀਡੀਓਜ਼ ਅਪਲੋਡ ਹੋ ਚੁੱਕੀਆਂ ਨੇ ਪਲੱਸ 2 ਕਲਾਸ ਪਲੇਲਿਸਟ ਬਣੀ ਹੋਈ ਆ ਪਲੱਸ 2 ਠੀਕ ਹੈ ਪਲੱਸ 2 ਪਾਸਿੰਗ ਫਾਰਮੂਲਾ ਪੇਪਰ ਪੈਟਰਨ 2023-24 ਠੀਕ ਹੈ ਪਲੇਲਿਸਟ ਬਣੀ ਹੋਈ ਆ ਤੁਸੀਂ ਚੈਨਲ ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਆਲ ਸਬਜੈਕਟਸ ਹਾਂਜੀ ਇਸ ਦੇ ਵਿੱਚ ਆਪਾਂ ਪੰਜਾਬੀ ਲਿਟਰੇਚਰ ਦਾ ਕਰ ਰਹੇ ਹਾਂ ਹਾਂਜੀ ਪੰਜਾਬੀ ਲਿਟਰੇਚਰ ਦੇ ਵਿੱਚ ਸਭ ਤੋਂ ਪਹਿਲਾਂ ਪਾਸਿੰਗ ਫਾਰਮੂਲਾ ਦੇਖਣ ਤੋਂ ਪਹਿਲਾਂ ਆਪਾਂ ਪੇਪਰ ਦਾ ਪ 80 ਮਾਰਕਸ ਦਾ ਤੁਹਾਡਾ ਐਗਜ਼ਾਮ ਹੋਣਾ ਜਿਦੇ ਵਿੱਚੋਂ ਪਾਸਿੰਗ ਮਾਰਕਸ ਹੈਗੇ ਤੁਹਾਡੇ 26 26 5 ਦਾ ਤੁਹਾਡੇ ਹੋਏਗੇ ਗੁੱਡ ਹੈਂਡਰਾਈਟਿੰਗ ਦੇ 5 ਤਾਂ ਤੁਹਾਡੇ ਗੁੱਡ ਹੈਂਡਰਾਈਟਿੰਗ ਦੇ ਜਿਹੜੀ ਕਿ ਸੁੰਦਰ ਲਿਖਾਈ ਦੇ ਪੇਪਰ ਨੂੰ ਕਰਨ ਦਾ ਤੁਹਾਡਾ ਕੀ ਤੰਗ ਹੈ ਉਹਦੇ ਤੁਹਾਨੂੰ 5 ਮਾਰਕਸ ਮਿਲਣਗੇ ਠੀਕ ਹੈ ਤੁਸੀਂ ਕਿਵੇਂ ਆਪਣਾ ਪੇਪਰ ਦੇ ਵਿੱਚ ਕਿੰਨੀ ਵਧੀਆ ਲਿਖਾਈ ਲਿਖ ਰਹੇ ਹੋ ਠੀਕ ਹੈ ਮਤਲਬ ਕਿ ਨੀਟੈਂਡ ਕਲੀਨ ਹੋਣਾ ਚਾਹੀਦਾ ਤੁਹਾਡਾ ਐਗਜ਼ਾਮ ਠੀਕ ਹੈ ਓਵਰ ਕਟਿੰਗ ਕੁਝ ਵਗੈਰਾ ਵੀ ਨਹੀਂ ਹੋਣਾ ਚਾਹੀਦਾ ਹੈਗਾ 5 ਤੁਹਾਨੂੰ ਇਹਦੇ ਮਾਰਕਸ ਨੇ ਦੈਨ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਆਉਣਗੇ ਤੁਹਾਨੂੰ ਵਸਤੂਨਿਸ਼ਟ ਕੁਐਸਚਨ 15 15 ਕੁਐਸਚਨ ਆਉਣਗੇ ਹਰ ਕੁਐਸਚਨ ਤੁਹਾਡਾ 2 ਮਾਰਕਸ ਦਾ ਹੋਗਾ ਠੀਕ ਹੈ 15 ਕੁਐਸਚਨ ਹੋਗੇ ਹੁਣ ਇਹ ਪਹਿਲਾਂ ਹੁੰਦੇ ਸੀ 20 ਹੁਣ ਇਹ 15 ਹੋਗੇ ਵਸਤੂਨਿਸ਼ਟ ਪ੍ਰਸ਼ਨ ਹਰ 2 ਮਾਰਕਸ ਦਾ ਹੋਗਾ ਜਿਸ ਦੇ ਵਿੱਚ ਹੋਣਗੇ ਤੁਹਾਡੇ ਜਿਹੜੇ ਕਿ ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦੇਣ ਵਾਲੇ ਪੰਜ ਪ੍ਰਸ਼ਨ ਹੋਣਗੇ ਠੀਕ ਹੈ ਇਹ ਵੀ 2-2 ਮਾਰਕਸ ਦੇ ਹੋਣਗੇ ਦੈਨ ਉਸ ਤੋਂ ਬਾਅਦ ਬਹੁਤ ਚਾਣਵੇਂ ਮਤਲਬ ਕਿ ਐਮਸੀਕਿਊਜ਼ ਹੋਣਗੇ ਠੀਕ ਹੈ ਇਹ ਵੀ 5 ਹੋਣਗੇ ਦੈਨ ਉਸ ਤੋਂ ਬਾਅਦ ਹੋਣਗੇ ਸਹੀ ਗਲਤ ਠੀਕ ਹੈ ਸਹੀ ਗਲਤ ਆਲ ਸਿਲੇਬਸ ਦੇ ਵਿੱਚੋਂ ਹੋਣਗੇ ਇਹ ਸਾਰੇ ਸਿਲੇਬਸ ਦੇ ਵਿੱਚੋਂ ਹੋਣਗੇ ਠੀਕ ਹੈ ਤੇ ਇਹ ਤੁਹਾਡੇ ਹੋਗੇ 30 ਮਾਰਕਸ ਦੇ then ਉਸ ਤੋਂ ਬਾਅਦ ਤੁਹਾਨੂੰ ਜਿਹੜੀ ਆਉਣੀ ਆ ਪ੍ਰਸੰਗ ਸਹਿਤ ਵਿਆਖਿਆ ਹੁਣ ਪ੍ਰਸੰਗ ਸਹਿਤ ਵਿਆਖਿਆ 2 ਅੰਕ ਦਾ ਤੁਹਾਡਾ ਪ੍ਰਸੰਗ ਹੋ ਗਿਆ ਵਿਆਖਿਆ ਹੋਊਗੀ 5 ਅੰਕ ਦੀ ਠੀਕ ਹੈ ਟੋਟਲ 7 ਮਾਰਕਸ ਹੁਣ ਇਹੇ ਪ੍ਰਸੰਗ ਸਹਿਤ ਵਿਆਖਿਆ ਤੁਸੀਂ ਕਿਹਦੇ ਵਿੱਚੋਂ ਯਾਦ ਕਰਨੀਆਂ ਦੇਖੋ ਤੁਹਾਡੇ ਜਿਹੜੇ ਕਿ ਕਾਵ ਤੇ ਝਲਕਾਂ ਝਲਕਾਂ ਦੇ ਇਤਿਹਾਸ ਵਾਲੀ ਜਿਹੜੀ ਬੁੱਕ ਹੈ ਪੰਜਾਬੀ ਕਾਵ ਉਹਦੇ ਵਿੱਚ ਚਾਰ ਟਾਪਿਕ ਮੇਨ ਬਣਾਏ ਹੋਏ ਨੇ ਸੂਫੀ ਕਾਵ ਬਣਾਇਆ ਹੈ ਗੁਰਮਤ ਕਾਵ ਬਣਾਇਆ ਹੈ ਵੀਰ ਕਾਵ ਬਣਾਇਆ ਹੈ ਤੇ ਕਿੱਸਾ ਕਾਵ ਬਣਾਇਆ ਹੈ ਤੁਸੀਂ ਜਿਹੜੇ ਕਿ ਪ੍ਰਸੰਗ ਸਹਿਤ ਵਿਆਖਿਆ ਪ੍ਰਸੰਗ ਵਿਆਖਿਆ ਤੇ ਕੇਂਦਰੀ ਭਾਵ ਦੇ ਲਈ ਪ੍ਰਸੰਗ ਵਿਆਖੇ ਤੇ ਕੇਂਦਰੀ ਭਾਵ ਦੇ ਲਈ ਸੂਫੀ ਤੇ ਗੁਰਮਤ ਕਾਵ ਤੁਹਾਡੇ ਸਿਲੇਬਸ ਦੇ ਵਿੱਚ ਦਿੱਤੇ ਹੋਏ ਨੇ ਵੀ ਤੁਸੀਂ ਜਾਂ ਤਾਂ ਸੂਫੀ ਕਾਵ ਤੇ ਗੁਰਮਤ ਕਾਵ ਇਹਨਾਂ ਦੋਨਾਂ ਦੇ ਵਿੱਚੋਂ ਪ੍ਰਸੰਗ ਸਹਿਤ ਵਿਆਖਿਆ ਆਉਣੀ ਆ ਦੋ ਆਉਣਗੇ ਪ੍ਰਸੰਗ ਸਹਿਤ ਵਿਆਖਿਆ ਇੱਕ ਸੂਫੀ ਕਾਵ ਦੇ ਵਿੱਚੋਂ ਆਉਂਗੀ ਕੋ ਗੁਰਮਤ ਕਾਵ ਦੇ ਵਿੱਚੋਂ ਆਉਂਗੀ ਇੱਕ ਸੂਫੀ ਕਾਵ ਦੇ ਵਿੱਚੋਂ ਆਉਗੀ ਇੱਕ ਗੁਰਮਤ ਕਾਵ ਦੇ ਵਿੱਚੋਂ ਆਉਗੀ ਦੋਨਾਂ ਦੇ ਵਿੱਚੋਂ ਤੁਹਾਡੇ ਕੋਲ ਚੁਆਇਸ ਆ ਕਿ ਤੁਸੀਂ ਕਿਸੇ ਇੱਕ ਬਾਰੇ ਕਰੋਗੇ ਤਾਂ ਇੱਥੇ ਤੁਹਾਡੇ ਕੋਲ ਬਹੁਤ ਵਧੀਆ ਆਪਸ਼ਨ ਆ ਗਈ ਕਿ ਤੁਸੀਂ ਜਾਂ ਤਾਂ ਸੂਫੀ ਕਾਵ ਦੇ ਸਾਰੇ ਪ੍ਰਸੰਗ ਸਹਿਤ ਵਿਆਖਿਆ ਕਰ ਲਓ ਜਾਂ ਤੁਸੀਂ ਕਰ ਲਓ ਗੁਰਮਤ ਕਾਵ ਦੀ ਤੇ ਉਸੇ ਦੇ ਕੇਂਦਰੀ ਭਾਵ ਕਰ ਲਓ ਠੀਕ ਹੈ ਕਿਉਂਕਿ ਤੁਹਾਡੇ ਕੋਲ ਦੋਨਾਂ ਦੇ ਵਿੱਚੋਂ ਹੀ ਕੇਂਦਰੀ ਭਾਵ ਆਉਣਾ ਦੋਨਾਂ ਦੇ ਵਿੱਚੋਂ ਹੀ ਪ੍ਰਸੰਗ ਸਹਿਤ ਵਿਆਖਿਆ ਹੋਣੀ ਆ ਆਈ ਰਿਪੀਟ ਸੂਫੀ ਤੇ ਗੁਰਮਤ ਕਾਵ ਦੇ ਵਿੱਚੋਂ ਹੀ ਤੁਹਾਨੂੰ ਕੇਂਦਰੀ ਭਾਵ ਆਉਣਾ ਸੂਫੀ ਤੇ ਗੁਰਮਤ ਦੇ ਵਿੱਚੋਂ ਹੀ ਤੁਹਾਨੂੰ ਆਉਣੀਆਂ ਪ੍ਰਸੰਗ ਸਹਿਤ ਵਿਆਖਿਆ ਆਪਣੇ ਚੈਨਲ ਤੇ ਆਲਰੇਡੀ ਕਾਫੀ ਆਪਾਂ ਨੇ ਅਪਲੋਡ ਕੀਤੇ ਹੋਣਨ ਬਾਕੀ ਆਪਾਂ ਟਾਈਮ ਟੂ ਟਾਈਮ ਅਪਲੋਡ ਕਰਾਂਗੇ ਠੀਕ ਹੈ ਤੁਸੀਂ ਦੇਖ ਵੀ ਸਕਦੇ ਹੋ ਪਲੇਲਿਸਟ ਬਣੀ ਹੋਈ ਹੈ ਪੰਜਾਬੀ ਲਿਟਰੇਚਰ ਉਹਦੇ ਵਿੱਚ ਟੋਟਲ ਇਹ ਸਾਰੇ ਟਾਪਿਕਸ ਦੀ ਆਪਾਂ ਨੇ ਕੀਤਾ ਹੋਇਆ ਸਭ ਕੁਝ ਠੀਕ ਹੈ ਹਾਂਜੀ ਕੇਂਦਰੀ ਭਾਵੀ ਕਰਵਾਏ ਹੋਏ ਨੇ ਪ੍ਰਸੰਗ ਸਹਿਤ ਵਿਆਖਿਆ ਤੇ ਜਿਹੜੇ ਕੀ ਕੇਂਦਰੀ ਭਾਵ ਉਹ ਗੁਰਮਤ ਤੇ ਸੂਫੀ ਕਾਵ ਤੁਹਾਡੇ ਕੋਲ ਚੁਆਇਸ ਆ ਕਿ ਜਿਆਦਾ ਤੁਸੀਂ ਸੂਫੀ ਕਾਵ ਦੇ ਹੀ ਪ੍ਰਸੰਗ ਸਹਿਤ ਵਿਆਖਿਆ ਕਰ ਲਓ ਸੂਫੀ ਕਾਵ ਦੀ ਕੇਂਦਰੀ ਭਾਵ ਕਰ ਲਓ ਜਾਂ ਤੁਸੀਂ ਗੁਰਮਤ ਕਾਵ ਦੇ ਹੀ ਕੇਂਦਰੀ ਭਾਵ ਕਰ ਲਓ ਗੁਰਮਤ ਕਾਵ ਦੇ ਹੀ ਪ੍ਰਸੰਗ ਸਹਿਤ ਵਿਆਖਿਆ ਕਰ ਲਓ ਕਿਉਂਕਿ ਤੁਹਾਡੇ ਕੋਲ ਆਪਸ਼ਨਸ ਹੋਣਗੇ ਹੀ ਹੋਣਗੇ ਇਹਨਾਂ ਦੋਨੋਂ ਚੋਂ ਹੀ ਆਉਣਾ ਉਸ ਹਾਂਜੀ ਉਸ ਤੋਂ ਬਾਅਦ ਤੁਹਾਡੇ ਕੋਲ ਅੱਗੇ ਆ ਗਿਆ 5th ਪਾਰਟ ਤੇ ਜਿਹੜਾ ਕੁਐਸਚਨ ਆਊਗਾ ਉਹ ਆਊਗਾ ਤੁਹਾਨੂੰ ਜਿਹੜਾ ਲੌਂਗ ਕੁਐਸਚਨ ਆਊਗਾ ਲੌਂਗ ਕੁਐਸਚਨ ਆਊਗਾ ਠੀਕ ਹੈ ਇਹ ਇਹ ਆਊਗਾ ਇੱਕ ਕਿੱਸਾ ਕਾਵ ਦੇ ਵਿੱਚੋਂ ਆਊਗਾ ਇੱਕ ਵੀਰ ਕਾਵ ਦੇ ਵਿੱਚੋਂ ਆਊਗਾ ਵੱਡਾ ਕੁਐਸਚਨ ਜਿਹੜਾ 10 ਮਾਰਕਸ ਆਊਗਾ ਹੁਣ ਇਹਦੇ ਵਿੱਚ ਕੀ ਕੁਐਸਚਨ ਪੁੱਛਿਆ ਜਾਂਦਾ ਇਹਦੇ ਵਿੱਚ ਪੁੱਛਿਆ ਜਾਂਦਾ ਕਿੱਸਾ ਕਾਵ ਦੇ ਵਿੱਚੋਂ ਦਾ ਕਿੱਸਾ ਕਾਵ ਦਾ ਮੁੱਢ ਤੇ ਵਿਕਾਸ ਵਾਲਾ ਕੁਐਸਚਨ ਠੀਕ ਹੈ ਕਿ ਤੁਸੀਂ ਇਹ ਪੱਕਾ ਕਰ ਲਓ ਦੂਜਾ ਵੀਰ ਕਾਵ ਦਾ ਮੁੱਢ ਤੇ ਵਿਕਾਸ ਇੱਕ ਤੁਸੀਂ ਇਹ ਵਾਲਾ ਕੁਐਸਚਨ ਕਰ ਲਓ ਵੀਰ ਕਾਵ ਦਾ ਮੁੱਢ ਤੇ ਵਿਕਾਸ ਕਿੱਸਾ ਕਾਵ ਦਾ ਮੁੱਢ ਤੇ ਵਿਕਾਸ ਚਾਹੇ ਉਹਦੀਆਂ ਪ੍ਰਾਪਤੀਆਂ ਹੋਣ ਇੱਕੋ ਆਨਸਰ ਬੰਦਦਾ ਏ ਵੀ ਸਾਰਾ ਟੌਪਿਕਸ ਸਟੂਡੈਂਟਸ ਤੁਹਾਡੀ ਸਾਰੀ ਲਿਟਰੇਚਰ ਆਪਾਂ ਨੇ ਚੈਨਲ ਤੇ ਅਪਲੋਡ ਕੀਤੀ ਹੋਈ ਹੈ ਬਹੁਤ ਹੀ ਈਜ਼ੀ ਵਰਡਿੰਗ ਦੇ ਵਿੱਚ ਸਮਝਾਏ ਹੋਏ ਨੇ ਸਾਰੇ ਟੌਪਿਕਸ ਜ਼ਰੂਰ ਵਾਚ ਕਰੋ ਠੀਕ ਹੈ ਤੇ ਇਸ ਦੇ ਵਿੱਚੋਂ ਇੱਕ ਤਾਂ ਇਹ ਕੁਐਸਚਨ ਹੋਗਾ ਤੁਹਾਡਾ ਠੀਕ ਹੈ ਕਿਹੜੇ ਕਿਹੜੇ ਕੁਐਸਚਨ ਕਰਨੇ ਮੈਂ ਤੁਹਾਨੂੰ ਦੱਸ ਦਿਆਂ ਲੌਂਗ ਲਈ ਇਹ ਕਿੱਸਾ ਕਾਦਮੋਟ ਦੇ ਵਿਕਾਸ ਵੀਰ ਕਾਦਮੋਟ ਦੇ ਵਿਕਾਸ ਇੱਕ ਤੁਸੀਂ ਕਰੋ ਚੰਡੀ ਦੀਵਾਰ ਚੰਡੀ ਦੀਵਾਰ ਠੀਕ ਹੈ ਇਹ ਕਰੋ ਇੱਕ ਤੁਸੀਂ ਕਰੋ ਵਾਰਿਸ਼ਾ ਮਤਲਬ ਕਿ ਦੋ ਦੋ ਕੁਐਸਚਨ ਤੇ ਹੀ ਹੋਗੇ 3rd ਤੁਹਾਡਾ ਚੰਡੀ ਦੀਵਾਰ ਹੋ ਗਿਆ 4th ਤੁਹਾਡਾ ਵਾਰਿਸ਼ਾ ਹੋ ਗਿਆ 5th ਤੁਹਾਡਾ ਦਮੋਦਰ ਹੋ ਗਿਆ ਠੀਕ ਹੈ ਤੇ ਇੱਕ ਜੰਗਨਾਮਾ ਉਹਨੂੰ ਜਸਟ ਇੱਕ ਵਾਰ ਰੀਡ ਕਰ ਲਾਂ ਤੁਹਾਡੇ ਇਹ ਸਾਰੇ ਟੌਪਿਕਸ ਇਹਦੇ ਵਿੱਚ ਕਵਰ ਹੋ ਜਾਣਗੇ ਠੀਕ ਹੈ ਵੈਸੇ ਤਾਂ ਜਿਹੜਾ ਤੁਸੀਂ ਕਿੱਸਾ ਕਾਪ ਦਾ ਮੁੱਢ ਤੇ ਵਿਕਾਸ ਵੀਰ ਕਾਪ ਦਾ ਮੁੱਢ ਤੇ ਵਿਕਾਸ ਕਰੋਗੇ ਉਹ ਜਿਹੜੇ ਮੈਂ ਕਰਵਾਏ ਹੋਏ ਨਾ ਤੁਸੀਂ ਉਹ ਦੋਨੇ ਹੀ ਕੁਐਸਚਨ ਕਰ ਲਓ ਚਾਹੇ ਤੁਹਾਨੂੰ ਅਲੱਗ-ਅਲੱਗ ਕੁਐਸਚਨ ਕਿਉਂ ਨਾ ਬਣ ਕੇ ਆ ਜਾਣ ਮਤਲਬ ਕਿ ਅਲੱਗ-ਅਲੱਗ ਕਿਉਂਕਿ ਵੀਰ ਕਾਪ ਦੇ ਵਿੱਚ ਆਪਾਂ ਚੰਡੀ ਦੀਵਾਰ ਵੀ ਚੰਡੀ ਦੀਵਾਰ ਵੀ ਕਰਾਂਗੇ ਜਦੋਂ ਆਪਾਂ ਦਾ ਮੁੱਢ ਤੇ ਵਿਕਾਸ ਕਰਾਂਗੇ ਹਨਾ ਤੇ ਇਹਦੇ ਵਿੱਚ ਹੀ ਜੰਗਨਾਮ ਆ ਜਾਊਗਾ ਜੇ ਤੁਹਾਨੂੰ ਅਲੱਗ ਵੀ ਕੁਐਸਚਨ ਆਵੇ ਤਾਂ ਵੀ ਤੁਸੀਂ ਉਸੇ ਦੇ ਵਿੱਚੋਂ ਬਣਾ ਸਕਦੇ ਹੋ ਠੀਕ ਹੈ ਤਾਂ ਇਹ ਦੋਨੇ ਕੁਐਸਚਨ ਤਿਆਰ ਕਰੋ ਚੰਗੇ ਤਰੀਕੇ ਨਾਲ ਤੁਹਾਡੇ ਸਾਰੇ ਕੁਐਸਚਨ ਕਵਰ ਹੋ ਜਾਣਗੇ ਕਿੱਸਾ ਕਾਬ ਦੇ ਵਿੱਚੋਂ ਕਿਉਂਕਿ ਉਹਦੇ ਵਿੱਚ ਆਪਾਂ ਨੇ ਰੈਫਰੈਂਸ ਨਮੋਦਰ ਦਾ ਵੀ ਦੇਣਾ ਪੈਣਾ ਆਪਾਂ ਨੂੰ ਵਾਰਿਸ਼ ਆਪਦਾ ਵੀ ਦੇਣਾ ਪੈਣਾ ਹਾਸ਼ਮ ਦਾ ਵੀ ਦੇਣਾ ਪੈਣਾ ਸਾਰਿਆਂ ਦਾ ਦੇਣਾ ਪੈਣਾ ਉਹਦੇ ਵਿੱਚੋਂ ਹੀ ਤੁਹਾਡੇ ਸਾਰੇ ਕੁਐਸਚਨ ਕਵਰ ਹੋ ਜਾਣਗੇ ਸੋ ਜਿਹੜੇ ਆਪਾਂ ਨੇ ਚੈਨਲ ਤੇ ਅਪਲੋਡ ਕੀਤੇ ਹੋਣਾ ਉਹਨਾਂ ਨੂੰ ਜ਼ਰੂਰ ਵਾਚ ਕਰ ਲਓ ਹਾਂਜੀ ਜਿਹੜੀਆਂ ਨੇ ਆਪਵਿੱਤੀਆਂ ਆਪਵਿੱਤੀਆਂ ਦੇ ਵਿੱਚੋਂ ਸਟੂਡੈਂਟਸ ਤੁਹਾਨੂੰ ਜਿਹੜੇ ਕਿ ਕੁਐਸਚਨ ਆਉਣਗੇ 4 4 ਕੁਐਸਚਨ ਆਉਣਗੇ 4 ਦੇ ਵਿੱਚੋਂ ਯੂ ਕੈਨ ਅਟੈਂਪਟ ਐਨੀ 2 ਤੁਸੀਂ ਕੋਈ ਦੋ ਦੇ ਅਨਸਰ ਕਰਨੇ ਹੋਣਗੇ ਠੀਕ ਹੈ ਹਰ ਕੁਐਸਚਨ ਤੁਹਾਡਾ ਹੋਗਾ 4 ਮਾਰਕਸ ਦਾ ਤੇ ਤੁਸੀਂ ਕਿਹੜੀਆਂ ਆਪਵਿੱਤੀਆਂ ਕਰਨੀਆਂ ਨੇ ਕਿਉਂਕਿ ਤੁਹਾਡੇ ਸਿਲੇਬਸ ਦੇ ਵਿੱਚ ਹੈਗੀਆਂ ਨੇ 12 ਉਹ ਮੈਂ ਤੁਹਾਨੂੰ ਦੱਸਦੀ ਹਾਂ ਹਾਂਜੀ ਦੇਖੋ ਸਟੂਡੈਂਟਸ ਇਹ ਨੇ ਤੁਹਾਡੀਆਂ ਜਿਹੜੀ ਕਿ ਸਹਾਜਵੀਂ ਵਿਗਿਆਨ ਅੰਸ਼ ਆਪਵਿੱਤੀਆਂ ਠੀਕ ਹੈ ਜਿਨ੍ਹਾਂ ਦੇ ਤੁਹਾਨੂੰ ਸਟੂਡੈਂਟਸ ਰਾਈਟਰ ਨੇਮ ਵੀ ਆਉਣਗੇ ਵੈਰੀ ਸ਼ਾਰਟ ਕੁਐਸਚਨਾਂ ਦੇ ਵਿੱਚ ਉਸ ਤੋਂ ਰਾਈਟਰ ਨੇਮ ਵੀ ਯਾ ਏ ਹੈਂਗੇ ਨਾ 12 12 ਦੇ ਵਿੱਚੋਂ ਤੁਸੀਂ ਜਾਂ ਤਾਂ ਪਹਿਲੀਆਂ 7 ਕਰ ਲਓ ਠੀਕ ਹੈ ਪਹਿਲੀਆਂ 7 ਦੇ ਵਿੱਚੋਂ ਤੁਹਾਨੂੰ ਆਰਾਮ ਨਾਲ ਕੁਐਸਚਨਸ ਆਉਣਗੇ ਜਿਹੜੇ ਤੁਸੀਂ ਮਤਲਬ ਕਿ ਤੁਹਾਨੂੰ 4 ਦੇ ਵਿੱਚੋਂ 2 ਕੁਐਸਚਨ ਉਹ ਮਿਲ ਜਾਣਗੇ ਜਿਹੜੇ ਤੁਸੀਂ ਕਰ ਪਾਉਂਗੇ ਠੀਕ ਹੈ ਜਾਂ ਲਾਸਟ 7 ਕਰੋ ਮਤਲਬ ਕਿ ਤੁਸੀਂ ਜਾਂ ਤਾਂ ਫਰਸਟ 7 ਕਰ ਲਓ ਜਾਂ ਲਾਸਟ 7 ਕਰ ਲਓ ਠੀਕ ਹੈ ਹੁਣ ਫਰਸਟ 7 ਦੇ ਵਿੱਚ ਦੇਖੋ ਕਿਹੜੇ-ਕਿਹੜੇ ਬੰਦੇ ਨੇ ਅਫਟਾਬਾਦ ਤੇ ਇਹਨਾਂ ਦੇ ਕੁਐਸਚਨ ਉਹੀ ਹੁੰਦੇ ਨੇ ਮੇਨ ਮੇਨ ਜੇ ਆਪਾਂ ਨੂੰ ਪਤਾ ਹੀ ਹੁੰਦਾ ਹੈ ਹਨਾ ਅਫਟਾਬਾਦ ਮੋਡਲੀ ਅਵਸਥਾ ਮੀਡਲ ਦੀ ਪੜਾਈ ਤੂੜ ਭਰੇ ਰਾ 3rd 4th ਹੈ ਮਨੁੱਖ ਦਾ ਮਨੁੱਖ ਨਾਲ ਮੇਲ 5th ਹੈ ਤਖਤ ਜਾਂ ਤਖਤਾ 6th ਹੈ ਸਭ ਦਾ ਪਿਆਰਾ ਸ਼ਿੰਬਾ ਠੀਕ ਹੈ 7th ਹੈ ਮੇਰੇ ਬੱਚੇ ਮੇਰੇ ਮਹਾਂਦਰਾ ਜਾਂ ਤੁਸੀਂ ਇੱਥੇ ਤੱਕ ਕਰ ਲਓ ਪਹਿਲੇ 7 ਜਾਂ ਲਾਸਟ 7 ਲਾਸਟ 7 ਦੇ ਵਿੱਚ ਬੰਦੀਆਂ ਨੇ ਮੇਰੇ ਬੱਚੇ ਮੇਰਾ ਮਹਾਂਦਰਾ ਠੀਕ ਹੈ ਮੈਂ ਤੇ ਮੇਰੇ ਦਾਰਜੀ ਤੇ ਇਸ ਦੇ ਵਿੱਚੋਂ ਮੇਰਾ ਨਾਮ ਕਰਨ ਠੀਕ ਹੈ 4th ਹੈ ਆਪਣੀ ਸੋਚ ਦੇ ਗਹਿਰੇ ਸਾਈ ਠੀਕ ਹੈ ਫਿਫਥਾ ਚੰਡੀਗੜ੍ਹ ਵਿੱਚ ਨਿਯੁਕਤੀ 6ਥਾ ਹੈ ਮੁੜਕੇ ਦੀ ਖੁਸ਼ਬੂ ਤੇ ਇਹਦੇ ਵਿੱਚੋਂ ਇੱਕ ਆ ਜੂਗਾ ਤੁਹਾਡਾ ਜਿਹੜੇ ਕੀ ਸਬਦਾ ਪਿਆਰਾ ਸ਼ਿੰਬਾ ਇਹ ਮਤਲਬ ਕਿ ਜਾਂ ਤਾਂ ਲਾਸਟ ਤੁਸੀਂ 5 ਛੱਡ ਦਿਓ ਠੀਕ ਹੈ ਕਿਉਂਕਿ 12 ਦੇ ਵਿੱਚੋਂ ਜਦੋਂ ਤੁਸੀਂ 7 ਕਰ ਲਿਆ ਤਾਂ ਤੁਹਾਡੇ 5 ਛੁੱਟ ਜਾਣਗੇ ਠੀਕ ਹੈ ਜਾਂ ਤਾਂ ਫਰਸਟ 7 ਕਰ ਲਓ ਫਰਸਟ 7 ਜਾਂ ਲਾਸਟ 7 ਠੀਕ ਹੈ ਫਰਸਟ 7 ਜਾਂ ਲਾਸਟ 7 ਉਹ ਕਿਹੜੇ ਕਿਹੜੇ ਬੰਦ ਨੇ ਮੈਂ ਤੁਹਾਨੂੰ ਦੱਸਦਾ ਸਾਹਿਤ ਰੂਪ ਸਾਹਿਤ ਰੂਪ ਜਿਵੇਂ ਕਵਤਾ ਨਾਟਕ ਸਵੈ ਜੀਵਨੀ ਸਫਰਨਾਮਾ ਇਹ ਸਾਰੇ ਇਹਨਾਂ ਦੇ ਵਿੱਚੋਂ ਤੁਹਾਨੂੰ ਤਿੰਨ ਆਉਣੇ ਨੇ ਤਿੰਨ ਨਾਉਣੇ ਨੇ ਠੀਕ ਹੈ ਇਹ 10 ਮਾਰਕਸ ਦਾ ਹੋ ਗਿਆ ਤਿੰਨ ਨਾਉਣੇ ਨੇ ਇਹਨਾਂ ਦੇ ਵਿੱਚੋਂ ਅਗਰ ਤੁਸੀਂ ਉਹਦੀ ਪ੍ਰਵਾਹਾਸ਼ਾ ਦੇ ਰਹੇ ਫਿਰ ਤੁਹਾਨੂੰ ਤਿੰਨ ਅੰਕ ਮਿਲਣਗੇ ਫਿਰ ਜਦੋਂ ਤੁਸੀਂ ਉਹਦੇ ਵਿਸ਼ੇਸ਼ਤਾਵਾਂ ਜਾਂ ਤੱਤ ਲਿਖ ਰਹੇ ਫਿਰ ਤੁਹਾਨੂੰ 5 ਮਾਰਕਸ ਮਿਲਣਗੇ ਤੇ 2 ਮਾਰਕਸ ਹੋਣਗੇ ਵੀ ਜਿਵੇਂ ਕਵਤਾ ਕਿਹਨਾਂ ਕਿਹਨਾਂ ਨੇ ਰਚੀ ਹੈ ਠੀਕ ਹੈ ਕਿਹੜੇ ਕਿਹੜੇ ਰਾਈਟਰਸ ਨੇ ਤੇ ਨਾਟਕ ਕਿਹੜੇ ਕਿਹੜੇ ਨੇ ਜਿਹੜੇ ਕੀ ਲਿਖਿਆ ਨੇ ਕਿਹੜੇ ਕਿਹੜੇ ਰਾਈਟਰਸ ਨੇ ਉਹਨਾਂ ਬਾਰੇ ਤੁਸੀਂ ਨਾਮ ਲਿਖੋਗੇ ਤਾਂ ਉਹਦੇ ਤੁਹਾਨੂੰ 2 ਮਾਰਕਸ ਨੇ ਮਤਲਬ ਕਿ ਇਸ ਅਕੋਰਡਿੰਗ ਜਿਹੜੇ ਕਿ ਇਹ ਮਾਰਕਸ ਡਿਵਾਈਡ ਹੋਏ ਹੋਏ ਨੇ ਤਿੰਨ ਮਾਰਕਸ ਸਾਇਦਰੋ ਤਿੰਨ ਆਉਣਗੇ ਤਿੰਨ ਦੇ ਵਿੱਚੋਂ ਤੁਸੀਂ ਕੋਈ ਇੱਕ ਕਰਨਾ ਹੋਗਾ ਤਿੰਨ ਦੇ ਵਿੱਚੋਂ ਜੂਗਾ ਨਾ ਅਟੈਂਪਟ ਐਨੀ ਵਨ ਉਹ ਕਿਹੜੇ-ਕਿਹੜੇ ਕਰਨੇ ਆਪਾਂ ਮੈਂ ਤੁਹਾਨੂੰ ਹੁਣ ਸਿਲੇਬਸ ਚੋਂ ਦੱਸ ਦਿਆਂ ਹਾਂਜੀ ਅੱਗੇ ਦੇਖੋ ਜਿਹੜਾ ਇਹ ਪੰਜ ਅੰਕ ਦਾ ਆਉਣਾ ਇੱਕ ਤੁਹਾਨੂੰ ਸ਼ੰਦ ਆਊਗਾ ਪੇਪਰ ਦੇ ਵਿੱਚ ਠੀਕ ਹੈ ਜਿਹੜੇ ਤੁਹਾਡੇ ਸ਼ੰਦ ਨੇ ਉਹਨਾਂ ਚੋਂ ਇੱਕ ਸ਼ੰਦ ਆਊਗਾ ਇੱਕ ਤੁਹਾਨੂੰ ਆਊਗਾ ਅਲੰਕਾਰ ਇੱਕ ਤੁਹਾਨੂੰ ਆਊਗਾ ਰਸ ਠੀਕ ਹੈ ਇਨਾਂ ਦੇ ਵਿੱਚੋਂ ਤੁਸੀਂ ਕਿਸੇ ਇੱਕ ਬਾਰੇ ਅਨਸਰ ਕਰਨਾ ਹੋਗਾ ਮਤਲਬ ਕਿ ਐਨੀ ਚੁਆਇਸ ਹੋਗੀ ਤੁਹਾਨੂੰ ਤਣ ਹੋਗੇ ਇਹਨਾਂ ਚ ਤੁਸੀਂ ਇੱਕ ਕਰਨਾ ਹੋਗਾ ਤਾਂ ਸਭ ਤੋਂ ਜ਼ਿਆਦਾ ਸੌਖੇ ਹੈਗੇ ਨੇ ਅਲੰਕਾਰ ਅਲੰਕਾਰ ਕਰੋ ਸਭ ਤੋਂ ਜ਼ਿਆਦਾ ਸੌਖੇ ਨੇ ਅਲੰਕਾਰ ਤੇ ਜਿਹੜੇ ਦਾ ਤੁਸੀਂ ਲੌਂਗ ਕੁਐਸਚਨ ਛੱਡ ਰਹੇ ਹੋ ਮਤਲਬ ਕਿ ਜਿਵੇਂ ਹੁਣ ਆਪਾਂ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਛੰਦ ਛੱਡ ਦਿਓ ਹਨਾ ਰੱਤ ਛੱਡ ਦਿਓ ਇਹਨਾਂ ਦੇ ਸ਼ਾਰਟ ਕੁਐਸਚਨ ਜ਼ਰੂਰ ਰੀਡ ਕਰਨੇ ਨੇ ਕਿਉਂਕਿ ਤੁਹਾਨੂੰ ਸ਼ਾਰਟ ਕੁਐਸਚਨ ਵਿੱਚ ਕੋਈ ਚੁਆਇਸ ਨਹੀਂ ਹੈਗੀ ਸ਼ਾਰਟ ਕੁਐਸਚਨ ਸਾਰੇ ਸਿਲੇਬਸ ਚ ਆਉਣੇ ਨੇ ਠੀਕ ਹੈ ਇੱਥੇ ਤੁਹਾਨੂੰ ਜਰੂਰ ਚੁਆਇਸ ਨੇ ਲੌਂਗ ਕੁਐਸਚਨ ਦੇ ਵਿੱਚ ਤੁਸੀਂ ਟੌਪਿਕਸ ਛੱਡ ਛੱਡ ਕੇ ਯਾਦ ਕਰ ਸਕਦੇ ਹੋ ਠੀਕ ਹੈ ਤੇ ਸਮਾਰਟਲੀ ਤੁਸੀਂ ਇਹਨਾਂ ਵਧੀਆ ਰੀਡ ਕਰਕੇ ਇਹਨਾਂ ਵਧੀਆ ਲਰਨ ਕਰਕੇ ਤੁਸੀਂ ਇਹਨਾਂ ਵਧੀਆ ਮਾਰਕਸ ਲੈ ਸਕਦੇ ਹੋ ਮਤਲਬ ਕਿ ਇਹਦੇ ਵਿੱਚੋਂ ਤੁਸੀਂ ਅਲੰਕਾਰ ਕਰੋ ਅਲੰਕਾਰ ਬਹੁਤ ਜ਼ਿਆਦਾ ਸੌਖੇ ਨੇ ਤੇ ਬਹੁਤ ਜਲਦੀ ਈਜ਼ੀ ਹੋ ਜਾਂਦੇ ਨੇ ਅਲੰਕਾਰ ਠੀਕ ਹੈ ਅਲੰਕਾਰ ਕਰ ਲਓ ਤੇ ਇਹ ਤੁਹਾਡੇ 5 ਮਾਰਕਸ ਹੋ ਜਾਣਗੇ ਹੁਣ ਅਲੰਕਾਰ ਕਿਹੜੇ-ਕਿਹੜੇ ਨੇ ਮੈਂ ਤੁਹਾਨੂੰ ਇੱਕ ਵਾਰ ਸਿਲੇਬਸ 'ਚ ਦਿਖਾ ਦਾਨੀ ਆ ਹਾਂਜੀ ਇਹ ਤੁਹਾਡਾ ਸਿਲੇਬਸ ਹੈ ਹਾਂਜੀ ਸਾਹਿਤ ਰੂਪ ਨੇ ਜਿਵੇਂ ਕਪਤਾ ਨਾਟਕ ਹੋ ਗਿਆ ਕਪਤਾ ਨਾਟਕ ਉਸ ਤੋਂ ਬਾਅਦ ਹੈਗਾ ਸਾਹਿਤ ਰੂਪ ਤੁਹਾਡਾ ਕਪਤਾ ਨਾਟਕ ਤੋਂ ਬਾਅਦ ਹੈ ਇਕਾਂਗੀ ਨਾਵਲ ਠੀਕ ਹੈ ਇਕਾਂਗੀ ਨਾਵਲ ਮੈਂ ਤੁਹਾਨੂੰ ਦੱਸ ਦਿੰਦਾ ਸੀ ਕਿੰਨੇ ਯਾਰ ਕਰਨੇ ਨੇ ਨਿੱਕੀ ਕਹਾਣੀ ਨਿਵੰਦ ਦੈਨ ਉਸ ਤੋਂ ਬਾਅਦ ਹੈਗਾ ਤੁਹਾਡਾ ਜੀਵਨੀ ਸਵੈ ਜੀਵਨੀ ਸਫਰਨਾਮ ਇਹ ਤੁਹਾਡੇ ਹੈਗੇ ਨੇ ਸਾਹਿਤ ਰੂਪ ਇਹਨਾਂ ਦੇ ਵਿੱਚੋਂ ਤੁਸੀਂ ਜਿਵੇਂ ਹੁਣ ਆਪਾਂ ਇਹਨਾਂ ਨੂੰ ਕਰੀਏ ਠੀਕ ਹੈ ਇਹਨਾਂ ਦੇ ਵਿੱਚੋਂ ਤੁਹਾਡੇ ਬਣਦੇ ਨੇ ਦੇਖੋ ਕਪਤਾ ਨਾਟਕ ਕਪਤਾ ਨਾਟਕ ਕਰ ਲਓ ਤੁਸੀਂ ਇੱਕ ਠੀਕ ਹੈ ਇੱਕ ਤੁਸੀਂ ਕਪਤਾ ਜਾਂ ਨਾਟਕ ਕਰ ਲਓ ਜਾਂ ਉਸ ਤੋਂ ਬਾਅਦ ਤੁਸੀਂ ਇੱਕ ਇਕਾਂਗੀ ਨਾਵਲ ਠੀਕ ਹੈ ਤੁਸੀਂ ਮਤਲਬ ਕੀ ਕੋਈ 6000 ਕਰ ਲਓ ਜਿਆਦਾ ਪਹਿਲੇ 6 ਜਾਂ ਲਾਸਟ ਵਾਲੇ 6 ਹੁਣ ਦੇਖ ਲਓ ਕਿਹੜੇ-ਕਿਹੜੇ ਪਹਿਲੇ 6 ਬਣ ਰਹੇ ਨੇ ਇੱਕ ਤਾਂ ਤੁਸੀਂ ਕਰ ਲਓ ਕਪਤਾ ਨਾਟਕ ਇਕਾਂਗੀ ਨਾਵਲ ਇਹ ਹੋ ਗਏ ਚਾਰ ਹੋ ਗਏ ਨਿੱਕੀ ਕਹਾਣੀ ਨਿਵੰਦ ਇੱਥੋਂ ਤੱਕ ਹੋ ਗਏ ਇਹ ਤੁਹਾਡੇ 6 ਠੀਕ ਹੈ ਇਹ 6 ਹੋਗੇ ਜਦੋਂ ਤੁਸੀਂ ਆ ਕਰ ਲਓ ਇਹ 6 ਕਰ ਲਓ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਜਾਂ ਫਿਰ ਜੇ ਤੁਸੀਂ ਲਾਸਟ ਵਿੱਚੋਂ ਕਰਨੇ ਲਾਸਟ ਵਾਲੇ ਤੁਹਾਡੇ ਜਲਦੀ ਯਾਦ ਹੁੰਦੇ ਨੇ ਸਫਰਨਾਮਾ ਸਵੈ ਜੀਵਨੀ ਜੀਵਨੀ ਠੀਕ ਹੈ ਨਿਵੰਦ ਨਿੱਕੀ ਕਹਾਣੀ ਦੈਨ ਉਸ ਤੋਂ ਬਾਅਦ ਇੱਕ ਆਜੂਗਾ ਤੁਹਾਡੇ ਇਹਦੇ ਵਿੱਚੋਂ ਨਾਵਲ ਠੀਕ ਹੈ ਜਾਂ ਆ ਵਾਲੇ 6 ਕਰ ਲਓ ਮਤਲਬ ਕਿ ਜਿਆਦਾ ਫਰਸਟ 6 ਕਰ ਲਓ ਜਾਂ ਲਾਸਟ 6 ਕਰ ਲਓ ਠੀਕ ਹੈ ਇਹਦੇ ਵਿੱਚ ਤੁਹਾਨੂੰ ਰਾਮ ਨਾਲ ਆਏ ਜਾਣਾ ਇੱਕ ਕਿਉਂਕਿ ਤਿੰਨ ਆਉਣਗੇ ਤਿੰਨ ਦੇ ਜੋ ਤੁਸੀਂ ਇੱਕ ਕਰਨਾ ਹੋਊਗਾ आई होप ਤੁਸੀਂ ਸਮਝ ਗਏ ਹੋਵੋਗੇ ਕਿਵੇਂ ਕਰਨੇ ਨੇ ਠੀਕ ਹੈ ਦੈਨ ਉਸ ਤੋਂ ਬਾਅਦ ਜਿਹੜੇ ਕਿ ਤੁਹਾਡੇ ਮੈਂ ਤੁਹਾਨੂੰ ਕਿਹਾ ਵੀ ਅਲੰਕਾਰ ਕਰਨੇ ਨੇ ਅਲੰਕਾਰ ਤੁਹਾਡੇ ਕਿਹੜੇ-ਕਿਹੜੇ ਨੇ ਹੁਣ ਅਲੰਕਾਰ ਦੇਖ ਲਓ ਤੁਹਾਡੇ ਅਲੰਕਾਰ ਹੈਗੇ ਨੇ ਸਟੂਡੈਂਟਸ ਇਹਦੇ ਵਿੱਚ ਅਨੁਪਰਾਸ ਅਲੰਕਾਰ ਉਪਮਾ ਅਲੰਕਾਰ ਰੂਪਕ ਅਲੰਕਾਰ ਠੀਕ ਹੈ ਅਨੁਪਰਾਸ ਉਪਮਾ ਰੂਪਕ ਅਲੰਕਾਰ ਦ੍ਰਿਸ਼ਤਾਂਤ ਤੇ ਅਧਿਕਥਨ ਅਲੰਕਾਰ ਇਹ ਤੁਹਾਡੇ ਪੰਜ ਅਲੰਕਾਰ ਨੇ ਤੁਸੀਂ ਜਾਂ ਤਾਂ ਅਲੰਕਾਰ ਕਰ ਲਓ ਜਾਂ ਰਸ ਕਰ ਲਓ ਜਾਂ ਛੰਦ ਕਰ ਲਓ ਬਟ ਮੇਰੇ ਅਕੋਰਡਿੰਗ ਅਲੰਕਾਰ ਸਭ ਤੋਂ ਜ਼ਿਆਦਾ ਈਜ਼ੀ ਨੇ ਠੀਕ ਹੈ ਰਸ ਵੀ ਈਜ਼ੀ ਨੇ ਬਟ ਰਸ ਹੈ ਜ਼ਿਆਦੇ ਨੇ ਠੀਕ ਹੈ ਤਾਂ ਕਰਕੇ ਤੁਸੀਂ ਅਲੰਕਾਰ ਅਲੰਕਾਰ ਕਰੋ ਨਾਲੇ ਹੈ ਪੰਜ ਨੇ ਤੇ ਤੁਹਾਡਾ ਇੱਕ ਤੁਹਾਨੂੰ ਰਾਮ ਨਾਲ ਆ ਜਾਊਗਾ ਦੇ ਵਿੱਚੋਂ ਤੇ ਬਾਕੀਆਂ ਦੇ ਸ਼ਾਰਟ ਕੁਐਸਚਨ ਰੀਡ ਕਰ ਲਓ ਤੇ ਆਪ ਵੀ ਤੁਸੀਂ ਨਾਲ ਤੁਹਾਨੂੰ ਬਾਕੀ ਸਿਲੇਬਸ ਪਤਾ ਹੋਗਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਹਾਂਜੀ ਹੁਣ ਆਪਾਂ ਤੁਹਾਡਾ ਦੱਸ ਦਿਆਂ ਪਾਸਿੰਗ ਫਾਰਮੂਲਾ ਇਹ ਤਾਂ ਤੁਹਾਡੇ ਪੇਪਰ ਦੀ ਤਿਆਰੀ ਹੋ ਗਈ ਤੁਸੀਂ ਕਿਵੇਂ ਕਰਨੀ ਹੈ ਹਾਂਜੀ ਹੁਣ ਆਪਾਂ ਕਰਦੇ ਆ ਤੁਹਾਡਾ ਪਾਸਿੰਗ ਫਾਰਮੂਲਾ ਪਾਸਿੰਗ ਫਾਰਮੂਲਾ ਪੰਜਾਬੀ ਲਿਟਰੇਚਰ ਪੰਜਾਬੀ ਇਲੈਕਟਿਵ ਦੇ ਵਿੱਚੋਂ ਪਾਸ ਹੋਣ ਦੇ ਲਈ ਤੁਹਾਨੂੰ ਚਾਹੀਦੇ ਨੇ 26 ਮਾਰਕਸ 26 ਮਾਰਕਸ ਲਈ ਪੰਜ ਤਾਂ ਤੁਹਾਡੇ ਸੁੰਦਰ ਲਿਖਾਈ ਦੇ ਹੋਗੇ ਤਾਂ ਪਿੱਛੇ ਰਹਿ ਗਏ 21 21 ਮਾਰਕਸ ਤੁਸੀਂ ਕਿਵੇਂ ਲੈਣੇ ਸ਼ਾਰਟ ਕੁਐਸਚਨ ਸ਼ਾਰਟ ਕੁਐਸਚਨ ਤੁਹਾਡੇ ਕਵਰ ਕਰ ਜਾਣਗੇ ਜਿਨ੍ਹਾਂ ਦੇ ਵਿੱਚੋਂ ਸ਼ਾਰਟ ਕੁਐਸਚਨ ਚਲੋ ਸ਼ਾਰਟ ਕੁਐਸਚਨ ਆਪਾਂ ਇੱਕ ਸਾਈਡ ਤੇ ਛੱਡ ਦੇ ਸ਼ਾਰਟ ਕੁਐਸਚਨ ਚਾਪੇ ਤੁਸੀਂ ਇਹ ਲਗਾਓਗੇ ਤੁਹਾਨੂੰ ਵੱਧ ਮਾਰਕਸ ਆਉਣਗੇ ਠੀਕ ਹੈ ਵੀ ਵੱਧ ਪਰਸੈਂਟੇਜ ਬਣ ਜੂਗੀ ਅਲੰਕਾਰ ਕਰੋ ਅਲੰਕਾਰ ਕਰ ਲਓ ਇਹ ਕਿਥੋਂ ਨੂੰ ਸੰਦਲ ਲਖਾਈ ਚੋਂ ਹੋਗੇ ਤੁਹਾਨੂੰ ਅਲੰਕਾਰਾਂ ਦੇ ਵਿੱਚ ਹੋਗੇ ਅਲੰਕਾਰਾਂ ਦੇ ਵਿੱਚੋਂ ਤੁਹਾਨੂੰ ਦੱਸੇ ਮੈਂ ਵੀ ਅਲੰਕਾਰ ਕਰ ਲਓ ਪੰਜ ਤੋਂ ਤੁਹਾਨੂੰ ਚਾਰ ਆਰਾਮ ਨਾਲ ਆ ਜਾਣਗੇ ਫਿਰ ਉਸ ਤੋਂ ਬਾਅਦ ਜਿਹੜਾ 10 ਨੰਬਰ ਵਾਲਾ ਕੁਐਸਚਨ ਹੈ ਵੀਰਕਾਪ ਤੇ ਮੁੱਢ ਤੇ ਵਿਕਾਸ ਤੇ ਕਿੱਸਾ ਕਾਪ ਦਾ ਮੁੱਢ ਤੇ ਵਿਕਾਸ ਤੇ ਪ੍ਰਾਪਤੀ ਇਹ ਵਾਲਾ ਕੁਐਸਚਨ ਕਰ ਲਓ ਇਹਦੇ ਵਿੱਚੋਂ ਤੁਹਾਡੇ ਸਾਰੇ ਕੁਐਸਚਨ ਕਵਰ ਹੋ ਜਾਣਗੇ ਇੱਕ ਚੰਡੀ ਦੀ ਵਾਰ ਪੜ੍ਹ ਲਓ ਠੀਕ ਹੈ ਇਹਦੇ ਵਿੱਚੋਂ ਤੁਹਾਡੇ ਸਾਰੇ ਕੁਐਸਚਨ ਕਵਰ ਹੋ ਜਾਣਗੇ ਠੀਕ ਹੈ ਉਸ ਤੋਂ ਬਾਅਦ ਤੁਸੀਂ ਪ੍ਰਸੰਗ ਸਹਿਤ ਵਿਆਖਿਆ ਜਿਹੜੇ ਸ਼ਾਰਟ ਕੁਐਸਚਨ ਹੋ ਤਾਂ ਤੁਹਾਡੀ ਪਰਸੈਂਟੇਜ ਵਧਾਉਣਗੇ ਆਪਾਂ ਦੂਜਿਆਂ ਚ ਦੇਖਦੇ ਕਿ ਤੁਸੀਂ ਕਿੱਥੋਂ ਕਿੱਥੋਂ ਨੰਬਰ ਲੈਣੇ ਨੇ ਬਾਕੀ ਜਿਹੜੇ ਸ਼ਾਰਟ ਕੁਐਸਚਨ ਉਹਦੇ ਨਾਲ ਤੁਹਾਡੇ ਮਤਲਬ ਕਿ ਤੁਹਾਡੇ ਐਗਜ਼ਾਮ ਦੇ ਵਿੱਚੋਂ ਜਿਹੜੇ ਸ਼ਾਰਟ ਕੁਐਸਚਨ ਨੇ ਨਾ ਉਹਨਾਂ ਨੂੰ ਮਿਲਾ ਕੇ ਤਾਂ ਤੁਹਾਡੇ 60 ਪਲੱਸ ਮਾਰਕਸ ਬਣਨਗੇ ਠੀਕ ਹੈ ਜੇ ਇਸ ਹਿਸਾਬ ਨਾਲ ਤੁਸੀਂ ਇਸ ਹਿਸਾਬ ਨਾਲ ਤਿਆਰੀ ਕਰੋਗੇ ਜਿਹੜਾ ਆਪਾਂ ਪਾਸਿੰਗ ਫਾਰਮੂਲਾ ਤੁਹਾਡੇ ਲੈ ਕੇ ਆਇਆ ਪਾਸਿੰਗ ਫਾਰਮੂਲੇ ਤੋਂ ਵੱਧ ਆ ਗਿਆ ਕਿਉਂਕਿ ਪਾਸ ਤਾਂ ਤੁਸੀਂ ਇੱਥੇ ਹੀ ਹੋਗੇ ਪਾਸ ਤਾਂ ਤੁਸੀਂ ਅਗਰ ਤੁਸੀਂ ਸੁੰਦਰ ਲਿਖਾਈ ਦੇ ਤੁਹਾਨੂੰ ਫਾਈਲ ਮਿਲਣਗੇ ਫਰੀ ਦੇ ਵਿੱਚ ਫਿਰ ਅਲੰਕਾਰ ਅਲੰਕਾਰ ਯਾਰ ਕਰ ਲਓ ਤਾਂ ਨੂੰ ਸਵਾਦ ਦੜੇ ਤੁਹਾਡੇ ਸਾਰੇ ਸ਼ਾਰਟ ਕੁਐਸਚਨ ਕਵਰ ਹੋ ਰਹੇ ਨੇ ਕਿਉਂਕਿ ਐਮਸੀਕਿਊਜ਼ ਦੇ ਵਿੱਚ ਤੁਹਾਡਾ ਤੁੱਕਾ ਵੀ ਲੱਗ ਜਾਂਦਾ ट्रू ਫਾਲਸ ਵੀ ਤੁੱਕਾ ਹੀ ਲੱਗ ਜਾਂਦਾ ਤੇ ਹਰ ਇੱਕ 2 2 ਮਾਰਕਸ ਦੇ ਨੇ ਉਸ ਤੋਂ ਬਾਅਦ ਤੁਸੀਂ ਜਿਹੜੇ ਕਿ ਪ੍ਰਸੰਗ ਸਹਿਤ ਵਿਆਖਿਆ ਪ੍ਰਸੰਗ ਸਹਿਤ ਵਿਆਖਿਆ ਮੈਂ ਤੁਹਾਨੂੰ ਦੱਸੇ ਦਿੱਤਾ ਕਿ ਸੂਫੀ ਕਾਵ ਦੇ ਵਿੱਚੋਂ ਵੀ ਆਉਣੇ ਗੁਰਮਤ ਕਾਵ ਦੇ ਵਿੱਚੋਂ ਆਉਣੇ ਤੁਸੀਂ ਇੱਕ ਦੀ ਕਰ ਲਓ ਸੂਫੀ ਕਾਵ ਦੇ ਸਾਰੇ ਪ੍ਰਸੰਗ ਸਹਿਤ ਵਿਆਖਿਆ ਕਰ ਲਓ ਸੂਫੀ ਦੇ ਕੇਂਦਰੀ ਭਾਵ ਕਰ ਲਓ ਤੇ ਐਮਿਕ ਜਾਂ ਗੁਰਮਤ ਕਾਵ ਦੇ ਪ੍ਰਸੰਗ ਸਹਿਤ ਉਹ ਕਿਹਾ ਵਿਆਖਿਆ ਕਰ ਲਓ ਜਾਂ ਗੁਰਮਤ ਕਾਵ ਦੇ ਹੀ ਕੇਂਦਰੀ ਭਾਵ ਕਰ ਲਓ ਮਤਲਬ ਕਿ ਇਹਨਾਂ ਦੋਨਾਂ ਟੌਪਿਕਾਂ ਨੂੰ ਤੁਸੀਂ ਇੱਕ ਟੌਪਿਕ ਕਰ ਲਓ ਕਵਰ ਠੀਕ ਹੈ ਤੇ ਇਹ ਤੁਹਾਡੇ ਜਿਹੜੇ ਕਿ 7 ਨੰਬਰ ਦਾ ਤੁਹਾਡੇ ਪ੍ਰਸੰਗ ਸਹਿਤ ਵਿਆਖਿਆ ਹੋਗੀ 5 ਨੰਬਰ ਦੀ ਤੁਹਾਡੇ ਕੇਂਦਰੀ ਭਾਵ ਹੋ ਗਿਆ ਤੁਸੀਂ ਇੱਥੋਂ ਹੀ ਦੇਖ ਲਓ ਇੱਥੋਂ ਹੀ ਤੁਸੀਂ ਤੁਹਾਡੇ ਬਿਨਾ ਸ਼ ਇਹਦੇ ਵਿੱਚੋਂ ਤੁਹਾਨੂੰ ਸਪੋਜ਼ 5 ਆ ਗਏ ਤਾਂ ਇਹਦੇ ਵਿੱਚੋਂ ਤੁਹਾਡੇ 7 ਤੱਕ ਆਰਾਮ ਨਾਲ ਆ ਸਕਦੇ ਨੇ ਇਹਦੇ ਵਿੱਚੋਂ ਤੁਹਾਨੂੰ 4 ਆ ਗਏ ਠੀਕ ਹੈ ਤੁਸੀਂ ਇੱਥੇ ਹੀ ਦੇਖ ਲਓ ਤੁਹਾਡੇ ਕਿੰਨੇ ਮਾਰਕਸ ਬਣ ਗਏ ਇੱਥੇ ਤੁਹਾਡੇ 20 ਬਣ ਗਏ ਆਪਾਂ ਕਟ-ਕਟ ਕੇ ਵੀ ਲਗਾ ਰਹੇ ਆ ਤਾਂ ਵੀ ਤੁਹਾਡੇ ਇੱਥੇ 20 ਬਣ ਗਏ ਇੱਥੇ 20 ਬਣ ਗਏ ਇਦਾਂ ਨੂੰ ਉਸ ਤੋਂ ਬਾਅਦ ਪੰਜ ਤੁਹਾਡੇ ਸੁੰਦਰ ਲਿਖਾਈ ਦੇ 4 ਤਾਂ ਕਿਧਰੇ ਨਹੀਂ ਗਿਆ ਤੁਹਾਡੇ 4 ਤਾਂ ਮਾਰਕਸ ਤੁਹਾਨੂੰ ਆਉਣਗੇ ਹਨਾ ਕਿਉਂਕਿ ਪੇਪਰਸ ਤਾਂ ਫਿਰ ਵੀ ਤੁਸੀਂ ਮਤਲਬ ਕਿ ਹੈਂਡਰਾਈਟਿੰਗ ਜਦੋਂ ਪਤਾ ਲੱਗ ਜਾਏ ਕਿ ਨੀਟ ਐਂਡ ਕਲੀਨ ਕਰਨੀ ਮਾਰਕਸ ਮਿਲਦੇ ਨੇ ਫਿਰ ਤਾਂ ਬਹੁਤ ਵਧੀਆ ਬੱਚਾ ਉਹਨੂੰ ਪੇਪਰ ਨੂੰ ਅਟੈਂਪਟ ਕਰਦਾ ਹਨਾ ਬਾਕੀ ਆਪਾਂ ਵੀਡੀਓ ਬਣਾਇਆ ਕਰਾਂਗੇ ਹਰ ਇੱਕ ਵੀਡੀਓ ਦੇ ਕਿ ਤੁਸੀਂ ਪੇਪਰ ਕਿਵੇਂ ਅਟੈਂਪਟ ਕਰਨਾ ਐਗਜ਼ਾਮ ਤੋਂ ਪਹਿਲਾਂ ਠੀਕ ਹੈ ਤੁਸੀਂ ਉਹ ਜ਼ਰੂਰ ਵਾਚ ਕਰ ਲਿਆ ਕਰੋ ਵੀ ਐਗਜ਼ਾਮ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਉਹ ਵੀਡੀਓ ਨੂੰ ਵਾਚ ਕਰ ਲਿਆ ਕਰੋ ਜਿਹੜੇ ਆਪਾਂ ਬਣਾਵਾਂਗੇ ਵੀ ਤੁਸੀਂ ਪੇਪਰ ਨੂੰ ਕਿਵੇਂ ਕਰਨਾ ਠੀਕ ਹੈ ਪੇਪਰ ਦੀ ਪ੍ਰੈਜੈਂਟੇਸ਼ਨ ਕਿਵੇਂ ਦੇਣੀ ਹੈ ਤੁਸੀਂ ਤੇ ਬਾਕੀ ਹੁਣ ਜਿਹੜੇ ਸ਼ਾਰਟ ਕੁਐਸਚਨ ਨੇ ਉਹ ਤੁਹਾਡੇ ਪਰਸੈਂਟੇਜ ਵਧਾ ਦੇਣਗੇ ਆਪਣੇ ਆਪ ਠੀਕ ਹੈ ਸੋ ਏਜ਼ੀ ਤੁਹਾਡਾ ਪਾਸਿੰਗ ਫਾਰਮੂਲਾ ਥੈਂਕਸ